हाँ जी मित्रों, वेलकम है तुहाडा सारयां दा अपने एक होर नवें ते फ्रैश व्लॉग दे विच। ते अज आपां की करना गा, तुहाडे सारयां दे बहुत सारे कमेंट आउंदे आ, सवाल आउंदे आगे, अज सारयां दे आपां जवाब देवांगे। ते जाने कि जिहड़ा भी आपां ट्रैक्टर मॉडिफाई कीता, तुसीं सारयां ने बहुत सपोर्ट कीता, तुहाडी सपोर्ट नाल ही कीता गा। ते बाकी जिहड़ा हुण मैं अज गल्लां करनियां ने, दो चार बहुत इंपोर्टेंट गल्लां भी करनियां ने, ओह तुसीं एंड तक देखियो। ते बाकी है ना, आपां ट्रैक्टर दी डिटेल देवांगे। तो बहुत सारे वीर पुछते रहते किहड़ी चीज़ किन्ने दी आई, अल्टरनेटर किन्ने दा, लल्ला भब्बा, बहुत कुछ हैगा। तो आज शुरू कर देंगे आपां उदन डिटेल च नहीं जाना भी बंपर 36 इंच का रूट्स 4000 के ए नहीं आपां दसना है। आपां दसना है भी 5 रूट्स लाए सी आपां, ये तुसीं पहला वीडियो देखी हुई आ। तो बंपर लाया सीगा आ नेम प्लेट बंपर। मैं तुहानूं प्राइज़ दस दिंदा, प्राइज़ का बहुत आउंदा बंपर। जे असीं घरे तैयार कीता ਤਾਂ 15,000 14,000-15,000 ਲੱਗ ਗਿਆ, ਕਿਉਂਕਿ ਯਾਰ 1000 ਰੁਪਇਆ ਤਾਂ ਪੇਂਟ 'ਤੇ ਹੀ ਲੱਗ ਜਾਂਦਾ ਗਾ। ਕੁਛ ਮਿਸਤਰੀ ਦੀ ਮਿਹਨਤ ਵੀ ਸੀਗੀ 1000-2000, ਅਤੇ ਮਿਸਤਰੀ ਦੀ ਮਿਹਨਤ ਮੈਨੂੰ ਇੰਨੀ ਚੰਗੀ ਤਰੀਕੇ ਨਾਲ ਪਤਾ ਨਹੀਂ ਗੀ, ਕਿਉਂਕਿ ਮੈਂ ਕਿਹੜਾ ਦੇ ਕੇ ਆਇਆ, ਬਾਪੂ ਦੇ ਕੇ ਆਇਆ ਗਾ। ਅਤੇ ਹੈ ਨਾ, ਬੰਪਰ ਆਪਣਾ ਮੈਟ ਬਲੈਕ ਪੇਂਟ ਹੋਇਆ ਗਾ ਇਹਨੂੰ, ਅਤੇ ਬਾਕੀ ਹੁਣ ਦੇਖ ਨਹੀਂ ਰਿਹਾ, ਮਿੱਟੀ ਬਹੁਤ ਪਈ ਹੋਈ ਆ। ਆਹ ਪਲੇਟ ਸੀਗੀ, ਇਹ ਆਪਣੀ ਬਣੀ ਸੀਗੀ 2,500 ਰੁਪਏ ਦੀ ਨੂਰ ਉੱਪਰ। ਆਹ ਯੂਟਿਊਬ ਦਾ ਚੈਨਲ ਆ, ਆਹ ਰੈੱਡ ਕਲਰ 'ਚ ਜਗਦਾ ਗਾ, ਤੁਸੀਂ ਦੇਖ ਸਕਦੇ ਹੋ। ਇਹ ਆ ਨਿਓਨ ਲਾਈਟ ਵਾਲੀ ਆਪਣੀ ਕਾਢ ਕੱਢੀ ਹੋਈ ਆ, ਦੇਖੋ ਤੁਸੀਂ ਥੋੜ੍ਹੀ ਜਿਹੀ ਖਰਾਬ ਹੋ ਗਈ ਥੱਲਿਓ, ਦੋਨੇ ਸਾਈਡ ਤੋਂ ਆ, ਕੋਈ ਨਾ ਚੇਂਜ ਕਰ ਦਾਂਗੇ, ਬਥੇਰੀ ਪਈ ਆ ਘਰੇ। ਅਤੇ ਬਾਕੀ ਹੈ ਨਾ, ਹੁਣ ਆਪਾਂ ਗੱਲ ਕਰਦੇ ਹਾਂ ਆਹ ਚੀਜ਼ ਦੀ। ਇਹ ਬਹੁਤ ਟਾਈਮ ਤੋਂ ਲੱਗੀ ਹੋਈ ਆ, ਪਹਿਲਾਂ ਵੀ ਵੀਡੀਓ 'ਚ ਦਿਖਾਈ ਹੋਈ ਆ ਮੈਂ। ਅਤੇ ਆਹ ਲਾਈਟਾਂ, ਅਤੇ ਯਾਰ ਮੈਂ ਸੋਚ ਰਿਹਾ ਸੀਗਾ ਵੀ ਹੈ ਨਾ ਲਾਈਟਾਂ 'ਚ ਕੁਛ ਚੇਂਜ ਕਰੀਏ ਆਪਾਂ, ਨੂਰ ਉੱਪਰ ਦੀ ਜਗ੍ਹਾ 'ਤੇ ਕੁਛ ਹੋਰ ਲਿਖਾਈਏ। ਅਤੇ ਮਿੱਤਰੋ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ, ਲਾਈਟਾਂ 'ਚ ਨੂਰ, ਆਹ ਪਲੇਟ ਲੱਗੀਆਂ ਨੂਰ, ਇੱਥੇ ਨੂਰ, ਉੱਥੇ ਨੂਰ, ਇਸ ਕਰਕੇ ਮੈਂ ਥੋੜ੍ਹਾ ਜਿਹਾ ਚੇਂਜ ਕਰਨਾ ਗਾ ਲਾਈਟਾਂ 'ਚ। ਅਤੇ ਬਾਕੀ ਹਮ ਹੈ ਹਾਰਾ ਬਾਈ ਜੋਗਿੰਦਰ, ਕਿਤੇ ਹੋਰ ਹੀ ਲਾ ਜਾਂਦਾ ਉਹਨਾਂ ਨਾ ਮੈਂ ਵੀ। ਅਤੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਸਾਈਲੈਂਸਰ ਦੀ। ਅਤੇ ਸਲਾਂਸਰ ਜਿਵੇਂ ਤੁਹਾਨੂੰ ਪਤਾ ਹੀ ਆ, ਸ਼ੁਰੂ ਤੋਂ ਆਪਣੀ ਪਹਿਚਾਣ ਹੀ ਸਲਾਂਸਰ ਤੋਂ ਹੀ ਹੈ ਟਰੈਕਟਰ ਦੀ। ਬਹੁਤ ਥਾਵਾਂ ਦੀ ਕੱਢੇ ਆ, ਕਦੇ ਇੱਧਰ ਨੂੰ, ਕਦੇ ਪਰਾਂ ਨੂੰ, ਕਦੇ ਪਿੱਛੇ ਨੂੰ, ਹੁਣ ਵੀ ਕੁਛ ਨਵਾਂ ਸੱਪ ਕੱਢਾਂਗੇ, ਹੁਣ ਵੀ ਸਲਾਂਸਰ ਚੇਂਜ ਕਰਨਾ ਗਾ। ਇਹ ਤਾਂ ਟੈਂਪਰੇਰੀ ਕਸਿਆ ਹੋਇਆ ਪਤੰਦਰ, ਇਹ ਤਾਂ ਫਿਰ ਉਹੀ ਖੱਲ 'ਚ ਜਾਣਾ ਗਾ ਆਪਣੇ, ਜਾਣੀ ਕਿ ਸਾਈਡ 'ਤੇ ਖੂੰਜੇ 'ਚ। ਅਤੇ ਇਹਨੂੰ ਖੋਲ੍ਹ ਦਾਂਗੇ, ਬਾਕੀ ਇਹਨੂੰ ਵੀ ਚੇਂਜ ਕਰਾਂਗੇ। ਅਤੇ ਬਾਕੀ ਬੈਟਰੀ ਬਾਕਸ ਤੁਸੀਂ ਦੇਖ ਸਕਦੇ ਹੋ। ਬਹੁਤ ਵੀਰਾਂ ਨੇ ਕਮੈਂਟ ਕੀਤਾ, ਕਹਿੰਦੇ ਸਹੀ ਨਹੀਂ ਲੱਗਦੇ ਵੀਰ, ਜਦੋਂ ਉਰੇ ਹੈ ਨਾ ਪੈਰਦਾਨ ਬਣ ਗਏ ਆਪਣੇ, ਇੱਕ ਇੱਧਰ ਦੀ ਬਣ ਗਿਆ ਪੈਰਦਾਨ, ਕੁਛ ਇੱਥੇ ਉਹ ਲਾਗੇ ਚੜ੍ਹਨ ਵਾਲਾ, ਤਾਂ ਬਾਹਲਾ ਘੈਂਟ ਲੱਗੂਗਾ, ਸਿਰੇ ਹੀ ਹੋ ਗਈ ਬਸ, ਓਕੇ ਰਿਪੋਰਟ ਹੋ ਗਈ। ਅਤੇ ਬਾਕੀ ਚੱਕਿਆਂ 'ਚ ਆਪਾਂ ਬਲੈਕ ਪੇਂਟ ਕਰਾਇਆ, ਫਿਊਚਰ 'ਚ ਸੋਚਿਆ ਹੋਇਆ ਵੀ ਕਰੋਮ ਕਰਾਵਾਂਗੇ, ਪਰ ਮੈਂ ਇੱਕ ਦੋ ਟਰੈਕਟਰਾਂ ਨੇ ਦੇਖਿਆ ਕਰੋਮ ਕੀਤਾ ਹੋਇਆ, ਇੰਨਾ ਜੱਚਦਾ ਨਹੀਂ ਗਾ। ਜੇ ਆਪਾਂ ਉਹ 'ਚ ਸਪਿਨਰ ਵੀ ਪਾ ਦਿੰਦੇ ਤਾਂ ਵੀ ਇੰਨਾ ਨਹੀਂ ਜੱਚਦਾ, ਐਂ ਸਿੰਪਲ ਸੋਹਣਾ ਲੱਗਦਾ, ਸਿੰਪਲ ਐਂਡ ਸੋਬਰ, ਠੀਕ ਆ। ਅਤੇ ਬਾਕੀ ਆਪਣੇ ਸਪਿਨਰ ਨੇ, ਇਹ ਵੀ ਕੁਛ ਜ਼ਿਆਦਾ ਮੇਰੇ ਦਿਲ ਜੇ ਨੂੰ ਨਹੀਂ ਲੱਗੇ ਹੈਗੇ, ਬਸ ਇਹ ਬਣਵਾ ਲਏ ਤਾਂ ਪਾਉਣੇ ਪੈ ਗਏ, ਜਾਣੀ ਕਿ ਮਤਲਬ ਮੈਨੂੰ ਇੰਨੇ ਵਧੀਆ ਨਹੀਂ ਲੱਗੇ, ਤੁਹਾਨੂੰ ਮੈਂ ਆਪ ਹੀ ਦੱਸ ਦਿੰਦਾ, ਕਿਉਂਕਿ ਬਸ ਐਕਸਪੈਰੀਮੈਂਟ ਸੀਗਾ, ਫੇਲ ਹੋ ਗਿਆ, ਠੀਕ ਆ। ਅਤੇ ਕੋਈ ਨਾ, ਇਹਨਾਂ ਨੂੰ ਆਪਾਂ ਰੱਖ ਲਾਂਗੇ, ਕੋਈ ਹੋਰ ਬਣਵਾ ਕੇ ਲਾ ਲਾਂਗੇ। ਅਤੇ ਆਪਾਂ ਮੈਟ ਬਲੈਕ ਪੇਂਟ ਕਰਾਇਆ ਸੀਗਾ ਚੱਕਿਆਂ 'ਚ, ਥੋੜ੍ਹਾ ਥੋੜ੍ਹਾ ਉੱਤਰ ਜੇ ਗਿਆ, ਇਹ ਸਾਡੀ ਲਾਪਰਵਾਹੀ ਕਰਕੇ ਉੱਤਰ ਹੈਗਾ ਕੁਛ, ਅਸੀਂ ਚੱਕੇ ਪੇਂਟ ਕਰਨ ਤੋਂ ਬਾਅਦ ਬਾਹਰ ਕੱਢੇ ਸੀਗੇ ਟਾਇਰ, ਚੇਂਜ ਕੀਤੇ ਸੀ ਕੁਛ, ਤਾਂ ਕਰਕੇ ਹੋ ਗਿਆ ਸੀਗਾ ਇਹ, ਪੇਂਟ ਲੈ ਗਿਆ ਸੀ ਪਾਨੇ ਪੂਨੇ ਲੱਗ ਕੇ। ਅਤੇ ਬਾਕੀ ਆਹ ਸਟੀਰੀਓ ਲੱਗਿਆ ਹੋਇਆ ਮਗਰਾੜ 'ਤੇ, ਅਤੇ ਇਹ ਸਟੀਰੀਓ ਬਹੁਤ ਗਲਤ ਲੱਗਿਆ ਹੋਇਆ ਗਾ, ਵਧੀਆ ਨਹੀਂ ਇੰਨਾ ਲੱਗਦਾ, ਪਰ ਫਿਰ ਵੀ ਮਤਲਬ ਮਜਬੂਰੀ ਆ ਗਈ, ਕਿਉਂਕਿ ਇਹ ਹੋਰ ਕਿਤੇ ਫਿੱਟ ਨਹੀਂ ਹੋ ਸਕਦਾ, ਇਹਦੇ 'ਤੇ ਇੰਨੀ ਜਗ੍ਹਾ ਨਹੀਂ ਹੈਗੀ, ਜਮ੍ਹਾਂ ਹੀ ਬਹੁਤ ਜਾਣੀ ਕਿ ਘੱਟ ਜਗ੍ਹਾ ਇਹਦੇ 'ਤੇ, ਠੀਕ ਆ। ਇਹਦੇ ਬਾਅਦ ਆਪਾਂ ਪਿੱਛੇ ਆਉਂਦੇ ਹਾਂ, ਪਿੱਛੇ ਸਾਰਿਆਂ ਨਾਲ ਵੱਡੀ ਚੀਜ਼ ਦਿਖਦੀ ਹੋਊਗੀ ਸਿਸਟਮ, ਠੀਕ ਆ। ਇਹ ਤੁਸੀਂ ਦੇਖਿਆ ਹੀ ਆ ਮੇਰੀ ਵੀਡੀਓ ਦੇ ਵਿੱਚ, 8 ਸਬਵੂਫਰ ਲਾਇਆ, 2 ਥੱਲੇ ਨੂੰ, 4 ਪਿੱਛੇ ਨੂੰ ਸਪੀਕਰ ਲਾਇਆ, 4 ਮੂਹਰ ਨੂੰ ਲਾਇਆ, ਅਤੇ 6 ਸਬਵੂਫਰ ਮੂਹਰ ਨੂੰ ਲਾਇਆ, ਠੀਕ ਆ। ਅਤੇ ਬਾਕੀ ਆਹ ਚੀਜ਼ ਦਾ ਕੰਮ ਰਹਿੰਦਾ ਗਾ ਹਜੇ, ਇੱਥੇ ਆਪਾਂ ਕੁਛ ਬਣਾਉਣਾ ਗਾ, ਸਾਈਡਾਂ 'ਤੇ ਹਜੇ ਸੋਚਿਆ ਨਹੀਂ ਗਾ, ਸਾਈਡਾਂ 'ਚ ਸੋਚ ਕੇ ਕੁਛ ਬਣਾ ਲਾਂਗੇ ਇਨ ਫਿਊਚਰ। ਅਤੇ ਬਾਕੀ ਆਪਣੇ ਟਾਇਰ ਤੁਹਾਨੂੰ ਪਤਾ 16 ਦੇ ਨੇਗੇ, ਕੰਪਨੀ ਇਹਦੇ 14 ਦੇ ਟਾਇਰ ਦਿੰਦੀ ਆ, ਆਪਾਂ 16 ਦੇ ਬਾਅਦ 'ਚ ਪਵਾਏ ਸੀਗੇ, ਅਤੇ ਰਿਮ ਵੀ ਚੇਂਜ ਕੀਤੇ ਸੀਗੇ, ਉਹ ਕੰਪਨੀ ਤੋਂ ਹੀ ਚੇਂਜ ਕਰਾਏ ਸੀਗੇ ਆਪਾਂ। ਅਤੇ ਬੈਟਰੀ ਬਾਕਸ ਇੱਧਰ ਇੱਕ ਹੋਰ ਆ ਗਿਆ, ਚਲੋ ਇਹਦੀ ਕੀ ਗੱਲ ਕਰਨੀ ਆ, ਆਪਾਂ ਤਾਂ ਨੂੰ ਆਉਣੇ ਥੋੜ੍ਹਾ ਜਿਹਾ, ਤੁਸੀਂ ਦੇਖ ਸਕਦੇ ਹੋ ਆਪਣਾ ਮੂਹਰਲਾ ਫਰੇਮ, ਇਹ ਮੈਂ ਆਪ ਡਿਜ਼ਾਈਨ ਕੀਤਾ ਗਾ, ਮਤਲਬ ਇੱਕ ਹੁੰਦਾ ਗਾ ਆਪਾਂ ਕਿਸੇ ਤੋਂ ਇੰਸਪੀਰੇਸ਼ਨ ਲੈ ਕੇ ਤਿਆਰ ਕਰਦੇ ਹੁੰਦੇ ਹਾਂ, ਜਾਂ ਕਿਸੇ ਤੋਂ ਕਾਪੀ ਕਰਦੇ ਹੁੰਦੇ ਹਾਂ, ਇਹ ਮੈਂ ਨਾ ਇੰਸਪੀਰੇਸ਼ਨ ਲਈ ਨਾ ਕਾਪੀ ਕਰੀ, ਇਹ ਮਤਲਬ ਵੀ ਬੈਠੇ ਬੈਠੇ ਤੇ ਦਿਮਾਗ 'ਚ ਹੈ ਨਾ, ਮੈਂ ਯਾਰ ਮਤਲਬ ਮੈਨੂੰ 2-3 ਟਰੈਕਟਰ ਜਿਹੜੇ ਪਸੰਦ ਨੇ, ਮੈਂ ਉਹਨਾਂ ਦੇ ਬਾਰੇ ਸੋਚ ਰਿਹਾ ਸੀਗਾ, ਅਤੇ ਉਹਨਾਂ ਹੀ ਜਦੋਂ ਮੈਂ ਸਾਰਿਆਂ ਦੀ ਮਿਕਸਚਰ ਕਰਕੇ ਸਾਰਿਆਂ ਨੂੰ ਮਿਕਸ ਕਰਕੇ ਆਹ ਚੀਜ਼ ਤਿਆਰ ਕੀਤੀ ਆ, ਇੱਕ ਮੈਨੂੰ ਸਕੱਲ ਵਧੀਆ ਲੱਗੀ, ਬਾਕੀ ਉਹ ਮੈਨੂੰ ਬੀਜ ਹੀ ਘੈਂਟ ਲੱਗੀ, ਮੈਂ ਉਹ ਬੀਜ ਜੋੜ ਜਾੜ ਕੇ ਇਹੋ ਜਿਹਾ ਕੁਛ ਬਣਾਤਾ। ਅਤੇ ਬਾਕੀ ਕਲਾਕਾਰੀ ਮਿਸਤਰੀ ਦੀ ਆ, ਮਿਸਤਰੀ ਨੇ ਸਿਰਾ ਕਰਾਤਾ, ਜਿਹੜਾ ਕਟਿੰਗ ਵਾਲਾ ਸੀਗਾ, ਠੀਕ ਆ, ਲੈਦਰ ਲਾਤਾ, ਉਹ ਸੀਟ ਕਵਰ ਵਾਲੇ ਬਾਈ ਨੇ ਸਿਰਾ ਕਰਾਤਾ, ਅਤੇ ਲਾਈਟਿੰਗ ਵਾਲਾ ਮੈਂ ਸਿਰਾ ਕਰਾਤਾ, ਠੀਕ ਆ ਜੀ। ਅਤੇ ਬਾਕੀ ਤੁਸੀਂ ਦੇਖ ਸਕਦੇ ਹੋ ਆਪਣਾ ਸਟੇਅਰਿੰਗ, ਦਿਖਾ ਦਿਆ ਜੀ ਮਾੜਾ ਜਿਹਾ ਸਟੇਅਰਿੰਗ ਆਪਣਾ, ਇਹ ਘੱਟੋ ਘੱਟ 1000 ਰੁਪਏ ਦੇ ਵਿੱਚ ਤਿਆਰ ਹੋ ਗਿਆ ਸੀਗਾ,
ਇਹ ਟੈਂਪਰੇਰੀ ਹੈਗਾ ਕਿਉਂਕਿ ਸਟੀਅਰਿੰਗ ਮੈਂ ਚੇਂਜ ਕਰਨਾ ਸੀ ਉਦੋਂ ਫਿਰ ਮੈਂ ਕਿਹਾ ਚਲੋ ਥੋੜ੍ਹਾ ਜਿਹਾ ਰੋਕੇ ਕਰਾਂਗੇ ਫਿਰ ਆਪਾਂ ਚੇਂਜ ਨਹੀਂ ਕੀਤਾ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਆਹ ਮੋਡੀਫਿਕੇਸ਼ਨ ਕਰਤੀ ਠੀਕ ਆ ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਫੈਰਨ ਦੀ ਇਹ ਬਹੁਤ ਔਖੀ ਮਿਲੀ ਸੀ ਸਾਨੂੰ ਇਹ ਜੀ ਬਹੁਤ ਯੂਨੀਕ ਆ ਗਈ ਕਿਉਂਕਿ ਇਹ ਮਿਲਦੀ ਨਹੀਂ ਗੀ ਛੇਤੀ ਮੈਂ ਜਾਣੀ ਕਿ ਪਹਿਲਾਂ ਵੀ ਇੱਕ ਵਾਰ ਪੁੱਛਿਆ ਦੋ ਤਿੰਨ ਵਾਰ ਕਿਸੇ ਬਾਈ ਤੋਂ ਇੱਕ ਮੈਂ ਲੁਧਿਆਣੇ ਹਰ ਇੱਕ ਦੁਕਾਨ 'ਤੇ ਜਿੱਥੇ ਪਰਫਿਊਮ ਵਗੈਰਾ ਗੱਡੀਆਂ 'ਚ ਰੱਖਣ ਨੂੰ ਮਿਲਦੇ ਸਾਰੀਆਂ ਦੁਕਾਨ 'ਤੇ ਪਤਾ ਕਰ ਲਿਆ ਸੀਗਾ ਮੈਨੂੰ ਕਿਤੋਂ ਨਹੀਂ ਮਿਲੀ ਹੈਗੀ ਫਿਰ ਇਹ ਬਾਈ ਇੱਕ ਬਾਈ ਮੇਰਾ ਫਰੈਂਡ ਹੈਗਾ ਤਲੇਰ ਦਾ ਅਤੇ ਉਹ ਵੀ ਇੰਸਟਾਗ੍ਰਾਮ 'ਤੇ ਫਰੈਂਡ ਬਣਿਆ ਸੀਗਾ ਅਤੇ ਬਾਕੀ ਉਹਨੇ ਮੈਨੂੰ ਫੋਨ ਕੀਤਾ ਸੀਗਾ ਕਹਿੰਦਾ ਮੇਰੇ ਲਵੇ ਪਈ ਆ ਅਤੇ ਤੁਸੀਂ ਆ ਕੇ ਲੈ ਜਿਓ ਅਤੇ ਅਸੀਂ ਦੂਜੇ ਦਿਨ ਗਏ ਨਹੀਂ ਦੂਜੇ ਦਿਨ ਕਾਹਨੂੰ ਆਪਾਂ ਅਗਲੇ ਘੰਟੇ ਚਲੇ ਗਏ ਸੀ ਹੈ ਨਾ ਆਹ ਬਾਈ ਮੇਰੇ ਨਾਲ ਹੀ ਸੀਗਾ ਅਤੇ ਇੱਕ ਵਾਰ ਬਾਈ ਆਪਦਾ ਫੇਸ ਦਿਖਾ ਦਿਓ ਯਾਰ ਠੀਕ ਮੈਂ ਦਿਖਾ ਦਿੰਦਾ ਅਤੇ ਆਹ ਬਾਈ ਮੇਰੇ ਨਾਲ ਸੀਗਾ ਅਤੇ ਅਸੀਂ ਦੋਨੇ ਜਾਣੇ ਗਏ ਅਤੇ ਜਾਣੀ ਕਿ ਜਾ ਕੇ ਫਿਰ ਜਿਹੜੀ ਹਿਰਨ ਸੀਗੀ ਉਹ ਅਸੀਂ ਫੜ ਲਿਆ ਸੀਗੇ ਪੈਸੇ ਪਰਫਿਊਮ ਤਾਂ ਲੱਗੀ ਹੋਈ ਸੀਗੀ ਅਸੀਂ ਆ ਕੇ ਦੀ ਵੱਢ ਟੁੱਕ ਕੀਤੀ ਅਤੇ ਵੱਢ ਕੇ ਅਸੀਂ ਇੱਦਾਂ ਨਹੀਂ ਹੈਗਾ ਵੀ ਸਿੱਧਾ ਹੀ ਫਿੱਟ ਕਰਤੀ ਸਰੀਆਂ ਨਾਲ ਇਹਦੇ ਥੱਲੇ ਸਿਲਵਰ ਟੇਪ ਕੀਤੀ ਹੋਈ ਆ ਤਾਂ ਕਿ ਥੱਲੇ ਉਹ ਪੇਂਟ ਨਾ ਖਰਾਬ ਹੋਵੇ ਅਤੇ ਜਿਹੜਾ ਆਪਣਾ ਪੁਰਾਣਾ ਉਹ ਪਿਆ ਗਾ ਉਹ ਘਰੇ ਰੱਖਿਆ ਪਿਆ ਸਾਂਭ ਕੇ ਜੇ ਆਪਾਂ ਇਨ ਫਿਊਚਰ ਇਹ ਨਹੀਂ ਵਧੀਆ ਲੱਗਦੀ ਜ਼ਿਆਦਾ ਵੈਸੇ ਸੋਹਣੀ ਲੱਗਦੀ ਯਾਰ ਕੋਈ ਕਮੀ ਨਹੀਂ ਹੈਗੀ ਇਹਦੇ 'ਚ ਬਸ ਇਹ ਥੋੜ੍ਹੀ ਜਿਹੜੀ ਸਪਰੇਅ ਮਾਰੀ ਉਹਦੇ ਕਰਕੇ ਥੋੜ੍ਹੀ ਬਨਾਉਟੀ ਜਿਹੀ ਲੱਗਦੀ ਆ ਤਾਂ ਕਰਕੇ ਜੇ ਕਰੋਮ 'ਚ ਹੁੰਦੀ ਬਾਹਲੀ ਸਕੈਂਡ ਲੱਗਣੀ ਸੀਗੀ ਅਤੇ ਬਾਕੀ ਆਪਾਂ ਲੋਗੋ ਵੀ ਸਮੋਕ ਕਰਾਇਆ ਲਾਈਟਾਂ ਵੀ ਸਮੋਕ ਕਰਾਈਆਂ ਠੀਕ ਆ ਜੀ ਅਤੇ ਹੋਰ ਤੁਹਾਨੂੰ ਮੋਟਾ ਮੋਟਾ ਦੱਸ ਦੇਣਾ ਵੀ ਇਹਦੇ 'ਚ ਸਮੋਕ ਸਿਸਟਮ ਲੱਗਿਆ ਹੋਇਆ ਹੈਗਾ ਬਾਕੀ ਇਹਦੀ ਰੇਸ ਖੋਲੀ ਹੋਈ ਆ ਕੋਈ ਪੰਪ 'ਚ ਹੋਰ ਮੋਡੀਫਿਕੇਸ਼ਨ ਨਹੀਂ ਕੀਤੀ ਹੋਈ ਸਮੋਕ ਤੁਹਾਨੂੰ ਆਪਾਂ ਚਲਾ ਕੇ ਨਹੀਂ ਦਿਖਾ ਸਕਦੇ ਕਿਉਂਕਿ ਟੈਂਕੀ 'ਚ ਡੀਜ਼ਲ ਨਹੀਂ ਪਵਾ ਕੇ ਲਿਆ ਠੀਕ ਆ ਮੈਂ ਵੈਸੇ ਤੁਹਾਨੂੰ ਮੈਂ ਕਲਿੱਪ ਐਡ ਕਰ ਦੂੰਗਾ ਤੁਸੀਂ ਸਮੋਕ ਸਿਸਟਮ ਚੱਲਦਾ ਦੇਖ ਲਿਓ ਅਤੇ ਹੁਣ ਮੇਨ ਗੱਲ ਕਰਦੇ ਹਾਂ ਆਪਾਂ ਖਰਚੇ ਦੀ ਸਾਰੇ ਚੀਜ਼ਾਂ ਦੇ ਖਰਚੇ ਦੀ ਗੱਲ ਕਰਦੇ ਹਾਂ ਅਤੇ ਟਾਇਰ ਸੀਗੇ ਉਹ ਮੈਨੂੰ ਪਏ ਸੀ 33,000 ਦੇ ਵਿਦ ਰਿਮ ਅਤੇ ਜਿਹੜੇ ਬੰਪਰ ਸੀਗਾ 15,000 ਮੈਂ ਤੁਹਾਨੂੰ ਦੱਸ ਹੀ ਦਿੱਤਾ ਪਤਾ ਨਹੀਂ ਪਹਿਲਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਅਤੇ ਹਾਰਨ ਇਹ ਜੋੜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਰੂਟਸ ਅਤੇ ਮਤਲਬ ਇਹ ਮਿਲ ਜਾਂਦੇ ਆ ਆਪਾਂ ਨੂੰ 18-1900 ਦੇ 2,000 ਦੇ ਵੀ ਮਿਲਦੇ ਆ ਕਿਸੇ ਜਗ੍ਹਾ 2100 ਦੇ ਵੀ ਮਿਲਦੇ ਆ ਬਹੁਤ ਰੇਟਾਂ ਦਾ ਯਾਰ ਬਹੁਤ ਫਰਕ ਹੁੰਦਾ ਹਰ ਇੱਕ ਜਗ੍ਹਾ 'ਤੇ ਠੀਕ ਆ ਅਤੇ ਬਾਕੀ ਆਹ ਲਾਈਟਾਂ ਸੀਗੀਆਂ ਇਹ 700 ਰੁਪਏ ਦੀ ਇੱਕ ਲਾਈਟ ਮਿਲੀ ਸੀ 1400 ਰੁਪਏ ਦੀਆਂ ਦੋ ਲਾਈਟਾਂ ਕਿਤੇ ਇਹ 600 ਦੀਆਂ ਵੀ ਮਿਲਦੀਆਂ ਨੇਗੀਆਂ ਬਾਅਦ 'ਚੋਂ ਮੈਂ ਪਤਾ ਕੀਤਾ ਮੈਨੂੰ ਕਿਸੇ ਹੋਰ ਜਗ੍ਹਾ ਤੋਂ ਉੱਥੋਂ ਮੈਨੂੰ 600 ਦੀਆਂ ਮਿਲੀਆਂ ਉਹ ਕਿਸੇ ਹੋਰ ਟਰੈਕਟਰ 'ਤੇ ਪਾਉਣੀਆਂ ਸੀਗੀਆਂ ਮੈਂ ਥੋੜ੍ਹੇ 100 ਰੁਪਏ ਪਾਉਂਦੇ ਖਰਚ 'ਤੇ ਕੋਈ ਚੱਕਰ ਨਹੀਂ ਅਤੇ ਬਾਕੀ ਆਹ ਪਲੇਟ 800 ਦੀ ਮੈਂ ਦੱਸਤਾ ਸੀਗਾ ਬੈਟਰੀਆਂ ਆਪਾਂ ਨੂੰ ਪਈਆਂ 11,500 ਦੀ ਇੱਕ ਬੈਟਰੀ ਇੱਧਰ ਇੱਕ ਬੈਟਰੀ ਉੱਧਰ ਅਤੇ ਜਿਹੜਾ ਅਲਟੀਨੇਟਰ ਆ ਮੈਂ ਤੁਹਾਨੂੰ ਮੈਂ ਤੁਸੀਂ ਦੇਖਿਆ ਹੀ ਹੋਊਗਾ ਅਲਟੀਨੇਟਰ ਹੈ ਨਾ 180 ਐਮਪੀਅਰ ਦਾ ਲੱਗਿਆ ਹੋਇਆ ਹੈਗਾ ਉਹ ਆਪਣਾ ਜਾਣੀ ਕਿ ਪਿਆ ਸੀਗਾ ਆਪਾਂ ਨੂੰ 20,000 ਦਾ ਅਲਟੀਨੇਟਰ ਪਿਆ ਸੀਗਾ ਮਹਿੰਗਾ ਹੈਗਾ ਬਹੁਤ ਬਹੁਤ ਮਹਿੰਗਾ ਠੀਕ ਆ ਬਹੁਤ ਜ਼ਿਆਦਾ ਮਹਿੰਗਾ ਤੁਸੀਂ ਨਾ ਪੰਗਾ ਲਿਓ ਅਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇੱਕ ਸਬਵੂਫਰ ਦੀ ਇਹ ਸਬਵੂਫਰ ਦਾ ਪ੍ਰਾਈਜ਼ ਅਪ ਡਾਊਨ ਹੁੰਦਾ ਰਹਿੰਦਾ ਹੈਗਾ ਅਤੇ ਮੈਂ ਤੁਹਾਨੂੰ ਇਹਦਾ ਪ੍ਰਾਈਜ਼ ਕਿਵੇਂ ਦੱਸਾਂ ਹੁਣ ਇਹ ਹੈਗਾ ਗਾ 4,500 ਰੁਪਏ ਦੀ ਰੇਂਜ ਆ ਮੇਰੇ ਹਿਸਾਬ ਨਾਲ ਹੈ ਨਾ 4,500 ਰੁਪਏ ਦੀ ਰੇਂਜ 'ਚ ਹੈਗਾ ਗਾ ਇਹ ਸਬਵੂਫਰ ਬਾਕੀ ਜਿਹੜੀ ਆਹ ਆਪਣੀ ਉਹ ਜਿਹੜਾ ਵਿਚਾਲੇ ਆਪਾਂ ਲੋਗੋ ਚਲਾਇਆ ਹੈ ਨਾ 1,000-1500 ਦਾ ਬਣਿਆ ਸੀਗਾ ਉਹ ਅਤੇ ਬਾਕੀ ਆ ਨਿਓਨ ਲਾਈਟ ਇਹ 400 ਰੁਪਏ ਦਾ ਰੋਲ ਆ 5 ਮੀਟਰ ਹੁੰਦਾ ਗਾ ਪਤਾ ਨਹੀਂ 5 ਮੀਟਰ ਹੁੰਦਾ ਪਤਾ ਨਹੀਂ ਕਿੰਨਾ ਮੀਟਰ ਹੁੰਦਾ ਮੈਨੂੰ ਯਾਦ ਨਹੀਂ ਗਾ ਅਤੇ ਬਾਕੀ ਆਹ ਸੁੱਚਾਂ ਨਹੀਂਗੀਆਂ ਇਹ ਸਾਨੂੰ ਮਿਲੀ ਸੀ 150 ਰੁਪਏ ਦੀ ਇੱਕ ਦੋ ਨਹੀਂਗੀਆਂ 300 ਰੁਪਏ ਦੀਆਂ ਇਹ ਹੋ ਗਈਆਂ ਸਾਰੀਆਂ ਚੀਜ਼ਾਂ ਗਿਣਾਂਗੇ ਕੋਈ ਨਹੀਂ ਛੱਡਦੇ ਸਟੀਰੀਓ ਸੀਗਾ ਸਟੀਰੀਓ ਹੈਗਾ ਗਾ 7-8,000 ਦਾ ਪੱਕਾ ਨਹੀਂ ਯਾਦ ਆ ਕਿੰਨੇ ਦਾ ਸੀਗਾ ਇਹ ਹੈਗਾ ਆਪਣਾ JVC ਦਾ ਖੜ੍ਹ ਜਾਓ ਤੁਹਾਨੂੰ ਖੋਲ ਕੇ ਦਿਖਾਉਂਦੇ ਹਾਂ JVC ਦਾ ਉਹ ਜਿਹੜਾ ਟੋਪ ਮਾਡਲ ਹੈਗਾ ਜਮਾਂ ਫੁੱਲ ਵਾਲਾ ਦੇਖੋ ਵੈਸੇ ਪੌਜ਼ ਕੀਤਾ ਹੋਇਆ ਮੈਂ ਗਾਣਾ ਅਤੇ ਵੀਡੀਓ ਦੇ ਐਂਡ 'ਚ ਤੁਹਾਨੂੰ ਚਲਾ ਕੇ ਵੀ ਦਿਖਾ ਦਾਂਗੇ ਓਕੇ ਆ ਜਿਹੜੇ ਆਪਣੇ ਪਿਛਲੇ ਸਪਿਨਰ ਆ ਇਹ ਬਣੇ ਸੀ 8,000 ਦੇ ਅਤੇ ਬਾਕੀ ਆ ਗਈ ਆਪਣੀ ਪੇਟੀ ਦੀ ਗੱਲ ਪੇਟੀ 'ਤੇ ਆਪਣੇ ਲੱਗ ਹੀ ਗਏ ਹੋਣਗੇ ਯਾਰ ਉੱਕਾ ਬੁੱਕਾ ਆ ਸਾਰਾ ਕੁਛ 30-40,000 ਲੱਗ ਗਿਆ ਹੋਊਗਾ ਕਿਉਂਕਿ ਯਾਰ ਖਾਸਾ ਕੁਛ ਲੱਗਿਆ ਹੋਇਆ ਜਾਲੀਆਂ ਹੋ ਗਈਆਂ ਉਦੋਂ ਬਾਅਦ ਪੇਚ ਪੂਚ ਜੇ ਲੱਲਾ ਭੱਬਾ ਉਦੋਂ ਬਾਅਦ ਸਪੇਸਰ ਲੱਗਿਆ ਸਪੇਸਰ ਵੀ ਖਾਸੇ ਮਹਿੰਗੇ ਜੇ ਨੇਗੇ ਅਤੇ ਬਾਕੀ ਪੱਲੇ ਪੁੱਲੇ ਲਾ ਕੇ ਇਹਨਾਂ ਦੀ ਡਿਟੇਲਿੰਗ ਬਹੁਤ ਆਈ ਮਿਸਤਰੀ ਦੀ ਮਿਹਨਤ ਵੀ ਸੀਗੀ 10-11,000 ਤਾਂ ਮਿਸਤਰੀ ਦੀ ਮਿਹਨਤ ਆ ਗਈ ਠੀਕ ਆ ਅਤੇ ਬਾਕੀ ਆਪਣਾ ਅਤੇ ਜਿਹੜਾ ਹੋਰ ਖਰਚਾ ਹੋ ਜਾਂਦਾ ਗਾ ਜਿਵੇਂ ਆਹ ਪਿਛਲਾ ਲੋਗੋ ਲਾਇਆ ਸੀਗਾ JD ਦਾ ਆਪਾਂ ਇਹ ਵੀ 1,000-1500 ਦਾ ਸੀਗਾ ਅਤੇ ਆਹ ਕੈਮਰਾ ਲਾਇਆ ਗਾ ਇਹ ਵੀ 3,000 ਦੀ ਸਕਰੀਨ ਸੀਗੀ 1,000-1,000 ਦੇ ਦੋ ਕੈਮਰੇ ਸੀਗੇ ਪਤਾ ਨਹੀਂ 1,000 ਦਾ ਹਾਂ ਇਹ ਪਤਾ 1,000 ਦਾ ਕਿਉਂ ਸੀਗਾ ਇੱਕ ਤਾਂ ਹੁੰਦਾ ਇੱਕ 300-400 ਵਾਲਾ ਵੀ ਸੀਗਾ ਉੱਥੇ ਹੈ ਨਾ ਅਤੇ 300-400 ਵਾਲਾ ਯਾਰ ਥੋੜ੍ਹਾ ਜਿਹਾ ਕੁਆਲਿਟੀ ਫਿੱਕੀ ਜੀ ਸੀ ਅਸੀਂ ਕਿਹਾ ਹੁਣ ਕੱਚ ਕੋ ਛੱਡਣਾ ਗਾ 1,000 ਵਾਲੀ ਲੈ ਲੈਂਦੇ ਹਾਂ ਅਤੇ 1,000 ਵਾਲੇ ਦੋ ਲੈ ਲਏ ਸੀਗੇ ਇੱਕ ਇਹਦੇ ਲਾ ਤਾ ਅਤੇ ਇੱਕ ਆਪਾਂ ਟਰਾਲੀ 'ਤੇ ਲਾ ਦਾਂਗੇ ਬਾਕੀ ਮੈਨੂੰ ਥੋੜ੍ਹਾ ਜਿਹਾ ਡਿਸਕਾਊਂਟ ਮਿਲ ਗਿਆ ਸੀ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅਤੇ ਅੱਗੇ ਆਪਾਂ ਗੱਲ ਕਰਦੇ ਹਾਂਗੇ ਓਵਲ ਹਾਂਜੀ ਹਾਂ ਓਵਲ ਮੈਨੂੰ ਮਿਲੇ ਸੀਗੇ ਇਹ ਇਹ ਘੱਟੋ ਘੱਟ ਅੱਜ ਦੇ ਟਾਈਮ 'ਚ ਇਹਦਾ ਰੇਟ ਮੈਨੂੰ ਲੱਗਦਾ 4-5,000 ਦੇ ਇੜ ਗੇੜਾ
ਮੈਨੂੰ ਕੁਝ ਡਿਸਕਾਊਂਟ ਮਿਲ ਗਿਆ ਸੀਗਾ, ਬਾਕੀ ਪਤਾ ਨਹੀਂ 4-5 ਹਜ਼ਾਰ ਪਤਾ ਨਹੀਂ ਕੀ ਆ, ਤੁਹਾਨੂੰ ਪਤਾ ਹੀ ਹੋਊਗਾ ਮਾਰਕੀਟ 'ਚ, ਤੁਹਾਨੂੰ ਮੇਰੇ ਨਾਲ ਵੱਧ ਜਾਣਕਾਰੀ ਆ। ਅਤੇ ਬਾਕੀ ਆਹ ਜਿਹੜੀਆਂ ਲਾਈਟਾਂ ਨੇਗੀਆਂ ਇਹ ਮੈਂ ਬਹੁਤ ਪਹਿਲਾਂ ਵੀ ਦੱਸਿਆ ਹੋਇਆ ਗਾ, ਜਿਹੜੇ ਨਵੇਂ ਵਿਊਅਰਸ ਆ ਉਹਨਾਂ ਨੂੰ ਮੈਂ ਦੱਸ ਦਿੰਦਾ ਗਾ, ਇਹ ਲਾਈਟਾਂ ਫਾਰਮ ਟਰੈਕ 60 ਦੀਆਂ ਨੇਗੀਆਂ, ਬਹੁਤ ਹੀ ਅੱਜ ਕੱਲ੍ਹ ਟਰੈਂਡ 'ਚ ਨੇ ਅਤੇ ਹਰ ਇੱਕ ਆਪਦੇ ਟਰੈਕਟਰ 'ਤੇ ਜ਼ਰੂਰ ਫਿੱਟ ਕਰਦਾ ਗਾ, ਠੀਕ ਆ। ਅਤੇ ਬਾਕੀ ਇਹਨਾਂ ਦਾ ਪ੍ਰਾਈਜ਼ ਸੀਗਾ 2100 ਦਾ ਮਿਲਾ, ਉਦੋਂ ਉਸ ਟਾਈਮ 'ਤੇ ਮੈਨੂੰ ਜੋੜਾ ਮਿਲਿਆ ਸੀਗਾ 2018 ਦੇ ਵਿੱਚ, ਜਦੋਂ ਆਪਾਂ 2018 ਦੇ ਵਿੱਚ ਟਰੈਕਟਰ ਲਿਆ ਸੀਗਾ, ਉਸੇ ਦਿਨ ਹੀ ਆਪਾਂ ਛਤਰੀ ਲਵਾਉਣ ਗਏ ਸੀ ਅੰਗਤ ਮਾਣਕੂ ਬਾਈ ਕੋਲ, ਜਿਹੜੀ ਆਪਾਂ ਹੁਣ ਵੇਚਣੀ ਹੈਗੀ 8000 ਦੀ। ਜੇ ਕਿਸੇ ਨੇ ਖਰੀਦਣੀ ਹੋਈ ਤਾਂ ਕਮੈਂਟ ਕਰ ਦਿਓ। ਅਤੇ ਬਾਕੀ ਹੈ ਨਾ, ਉਹ ਜਿਹੜੀ ਛਤਰੀ ਸੀਗੀ ਉਹ ਲਵਾਈ ਸੀਗੀ, ਉਹਦੇ ਨਾਲ ਹੀ ਆਪਾਂ ਲਾਈਟਾਂ ਚੇਂਜ ਕਰਾਈਆਂ ਸੀਗੀਆਂ, ਅਤੇ ਉਸੇ ਦਿਨ ਹੀ ਕਰਾਤੀਆਂ ਸੀ। ਪਹਿਲਾ ਦਿਨ ਏਜੰਸੀ ਤੋਂ ਸਿੱਧਾ ਉੱਥੇ ਗਿਆ, ਛਤਰੀ ਲੱਗੀ, ਲਾਈਟਾਂ ਚੇਂਜ ਹੋਈਆਂ, ਅਤੇ 2 ਰੂਟਸ ਲਵਾਏ ਸੀ। ਇਹ ਰੂਟਸ ਵਿੱਚੋਂ ਟੁੱਟਿਆ ਹੋਇਆ ਹੈਗਾ, ਕੋਈ ਕਸੂਰ ਨਹੀਂ ਵਿਚਾਰੇ ਦਾ, ਯਾਨੀ ਕਿ ਨਟ ਨੁਟ ਤਾਂ ਪੂਰੇ ਟਾਇਟ ਆ। ਅਤੇ ਹੈ ਨਾ, ਇਹ ਜਿਹੜਾ ਦੂਜਾ ਰੂਟਸ ਸੀਗਾ ਉਹ ਯਾਰ ਡਿੱਗ ਡੁੱਗ ਪਿਆ ਸੀਗਾ, ਅਸੀਂ ਜਦੋਂ ਭਰਤ ਪਾਉਂਦੇ ਸਾਡਾ ਘਰ ਬਣਦਾ ਸੀਗਾ ਤਾਂ ਕਰਕੇ। ਅਤੇ ਬਾਕੀ ਹੋਰ ਤਾਂ ਕੁਛ ਰਿਹਾ ਨਹੀਂ, ਜੇ ਕੁਛ ਰਹਿ ਗਿਆ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਬਾਕੀ ਚਲੋ ਫਿਰ ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ। ਅਤੇ ਇੱਕ ਤੁਹਾਡੇ ਸਾਰਿਆਂ ਦਾ ਹੋਰ ਕੁਐਸਚਨ ਸੀਗਾ ਵੀ ਹੈ ਨਾ ਆਪਾਂ ਤੇਲ ਕਿਵੇਂ ਪਾਵਾਂਗੇ, ਅੱਜ ਤੁਹਾਨੂੰ ਉਹ ਵੀ ਦਿਖਾ ਦਿੰਦੇ ਹਾਂ। ਆ ਜਾਓ ਬਾਈ, ਤੇਲ ਆਪਾਂ ਪਾਵਾਂਗੇ ਉਰੋਂ ਦੀ, ਆਹ ਜਿਹੜੀ ਗਲੀ ਛੱਡੀ ਆ ਨਾ ਇੱਥੋਂ ਦੀ, ਆਪਾਂ ਤੇਲ ਪਾ ਸਕਦੇ ਹਾਂ ਢੱਕਣ ਖੋਲ੍ਹ ਕੇ। ਅਤੇ ਇਹ ਜਾਣੀ ਕਿ ਜੇ ਆਪਾਂ ਕੈਨ ਨਾ ਪਾਉਣਾ ਤਾਂ ਆਪਾਂ ਨੂੰ ਟੇਢੀ ਪਿੰਗੀ ਜੀ ਟੀਪ ਬਣਾਉਣੀ ਪਊਗੀ, ਉਹ ਪਾ ਕੇ ਫਿਰ ਤੋਂ ਹੀ ਤੇਲ ਪਿਆ ਕਰੂਗਾ। ਅਤੇ ਜਗਾੜ ਹੀ ਨੇਗੇ ਬਸ, ਉਹ ਲਾਈ ਜਾਂਦੇ ਹਾਂ ਅਤੇ ਵੀਡੀਓ 'ਚ ਲਾਈ ਜਾਂਦੇ ਹਾਂ, ਅਤੇ ਵਿਊਜ਼ ਵੀ ਤਾਂ ਲੈਣੇ ਆ। ਅਤੇ ਉਦੋਂ ਤੁਸੀਂ ਦੇਖ ਸਕਦੇ ਹੋਗੇ 4 ਵੋਲ ਮੂਹਰੇ ਨੇ, ਇਹਨਾਂ ਦਾ ਪ੍ਰਾਈਜ਼ ਵੀ ਉਹ ਸੇਮ ਹੀ ਆ ਜਾਣੀ ਕਿ। ਅਤੇ ਸਿਸਟਮ ਦਾ, ਸੱਚ ਸਿਸਟਮ ਦਾ ਖਰਚਾ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ, ਆਪਣਾ ਸਾਰਾ ਕੁਛ ਲਾ ਕੇ 2 ਲੱਖ ਦੇ ਉੱਤੇ ਚੱਲਿਆ ਗਿਆ ਗਾ, 2 ਲੱਖ ਦੇ ਉੱਤੇ ਤਾਂ ਚੱਲਿਆ ਗਿਆ, ਹਜੇ ਸਾਈਡਾਂ ਵਾਲੇ ਪੱਲੇ ਰਹਿੰਦੇ ਆ। ਜੇ ਇਹਨਾਂ 'ਤੇ ਵੀ ਆਪਾਂ ਪੂਰੀ ਕਾਰਾਗਰੀ ਕਰਨੀ ਆ ਤਾਂ ਪੂਰੀ ਕਾਰਾਗਰੀ ਕਰਨ 'ਤੇ 5-6 ਹਜ਼ਾਰ ਰੁਪਏ ਖਰਚਾ ਆਜੂਗਾ, ਜੇ ਸਿੰਪਲ ਕਰਨੀ ਆ ਤਾਂ ਵੀ 3-4 ਹਜ਼ਾਰ ਲੱਗ ਜਾਣਾ ਗਾ। ਅਤੇ ਫਿਊਚਰ ਪਲੈਨਸ ਵੀ ਬਹੁਤ ਨੇ, ਵੀ ਬਹੁਤ ਕੁਝ ਚੇਂਜ ਕਰਨਾ ਗਾ। ਬਾਕੀ ਬਹੁਤ ਸਾਰੇ ਡ੍ਰੀਮ ਨੇਗੇ, ਹੌਲੀ ਹੌਲੀ ਜਿੱਦਾਂ ਤੁਸੀਂ ਸਪੋਰਟ ਕਰਦੇ ਜਾਓਗੇ, ਆਪਾਂ ਜਾਣੀ ਕਿ ਮੇਰੀ ਆਪਦੀ ਖੁਦ ਦੀ ਇਨਕਮ ਨਾਲ ਆਪਾਂ ਟਰੈਕਟਰ ਮੋਡੀਫਾਈ ਕਰੀ ਜਾਵਾਂਗੇ। ਅਤੇ ਬਾਕੀ ਸੋਚਿਆ ਹੋਇਆ ਵੀ 18 ਦੇ ਟਾਇਰ ਪਾਵਾਂਗੇ ਇਹਦੇ ਰੇਡੀਅਲ, ਅਤੇ ਫਿਰ ਮੂਹਰੇ ਵੀ ਆਪਾਂ ਨੂੰ ਚੇਂਜ ਕਰਨੇ ਪੈਣੇ ਆ, ਉਹ ਵੀ ਚਲੋ ਦੇਖਾਂਗੇ ਟਾਈਮ ਦੀਆਂ ਗੱਲਾਂ ਨੇ। ਅਤੇ ਸੋਚਿਆ ਹੋਇਆ ਵੀ ਪੰਪ ਮੋਡੀਫਾਈ ਕਰਾਉਣਾ, ਅਤੇ ਇਹਦੀ ਟਰਬੋ ਲਗਾਉਣੀ ਆ। ਸਭ ਤੋਂ ਵੱਡੀ ਜਿਹੜੀ ਮਤਲਬ ਇੱਕ ਹੋਰ ਆਉਂਦੀ ਹੈਗੀ, ਉਹ ਹੁਣ ਮੈਂ ਦੱਸਣੀ ਨੀਗੀ, ਉਹ ਹੈਗੀ ਇੱਕ ਬਹੁਤ ਜਾਣੀ ਕਿ ਘੱਟ ਰੇਅਰ ਹੀ ਮਿਲਦੀ ਹੈਗੀ ਉਹ ਟਰਬੋ, ਅਤੇ ਉਹ ਟਰਬੋ ਫਿੱਟ ਕਰਾਉਣੀ ਆ। ਉਹਦੇ ਨਾਲ ਟਰੈਕਟਰ 70-80 HP ਹੋ ਜਾਂਦਾ ਗਾ, ਯਾਨੀ ਕਿ 50 HP ਆ ਜਾਂਦਾ ਟਰੈਕਟਰ, ਠੀਕ ਆ। ਪੰਪ ਦੇ ਆਪਾਂ ਪਲੰਜਰ ਚੇਂਜ ਕਰਾ ਕੇ ਟਰੱਕ ਵਾਲੇ ਪਾਵਾਂਗੇ, ਫਿਰ ਜ਼ੋਰ ਮਾਰੂਗਾ, ਫਿਰ ਐਂ ਬਸ ਵੀ ਛੱਡ ਦਿਉ ਇਹਨੂੰ, ਫਿਰ ਤਾਂ ਐਂ ਕਿਹਾ ਕਰੂਗਾ। ਅਤੇ ਬਾਕੀ ਹੋਰ ਬਹੁਤ ਡ੍ਰੀਮ ਨੇਗੇ, ਇੱਕ ਟਰੈਕਟਰ ਹੋਰ ਲਿਆਉਣ ਵਾਲਾ ਡ੍ਰੀਮ ਆ। ਅਤੇ ਸੋਚਿਆ ਸੀਗਾ ਵੀ 2 ਲੱਖ 'ਤੇ ਲਿਆਵਾਂਗੇ, ਅਤੇ ਜੇ ਤੁਸੀਂ 2 ਲੱਖ ਕਰਦੇ ਹੋ ਛੇਤੀ ਛੇਤੀ ਤਾਂ ਲੈ ਆਵਾਂਗੇ, ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ। ਅਤੇ ਸੋਚਿਆ ਹੋਇਆ ਵੀ ਹੈ ਨਾ ਕੋਈ ਹੋਰ ਟਰੈਕਟਰ ਨਹੀਂ, ਜਾਂ 56 ਵੀ ਲਿਆਉਣਾ, ਹੋਲੈਂਡ ਹੀ ਆ, 36 ਹੋ ਗਿਆ ਜਾਂ 56 ਵੀ ਹੋ ਗਿਆ, ਇਹਨਾਂ ਦੋਨਾਂ 'ਚ ਇੱਕ ਟਰੈਕਟਰ ਲਿਆਵਾਂਗੇ। ਅਤੇ ਇਹਦੇ 'ਚ ਆਪਾਂ 1-2 ਫੀਚਰ ਹੋਰ ਐਡ ਕੀਤੇ ਸੀਗੇ, ਜਿੱਦਾਂ ਇਹ ਚਾਬੀ ਤੋਂ ਸਟਾਰਟ ਹੋ ਜਾਂਦਾ ਗਾ, ਸਟਾਰਟ ਹੋ ਗਿਆ, ਅਤੇ ਪਰ ਬੰਦ ਨਹੀਂ ਹੁੰਦਾ ਇਹ, ਚਾਬੀ ਤੋਂ ਬੰਦ ਆਪ ਜਾ ਕੇ ਕਰਨਾ ਪੈਂਦਾ, ਇੱਦਾਂ ਬਸ ਜਾ ਕੇ ਉਹਨੂੰ ਖਿੱਚ ਦਿਓ ਅਤੇ ਬੰਦ ਹੋ ਜੂਗਾ, ਠੀਕ ਆ। ਅਤੇ ਬਾਕੀ ਇਹਨੂੰ ਆਪਾਂ ਇੱਦਾਂ ਜਿੱਦਾਂ ਸੈਂਟਰ ਲੋਗਿੰਗ ਹੁੰਦੀ ਆ, ਇੱਥੋਂ ਆਪਾਂ ਇਹਨੂੰ ਆ ਤਾਂ ਵੈਸੇ ਅਨਲੋਕ ਵਾਲਾ ਬਟਨ ਦੱਬ ਰਿਹਾ ਸੀ ਮੈਂ, ਇੱਥੋਂ ਲੋਕ ਕਰ ਸਕਦੇ ਹਾਂ, ਜੇ ਕੋਈ ਇੱਦਾਂ ਹੱਥ ਮਾਰੂਗਾ ਤਾਂ ਐਂ ਚੱਲੂਗਾ, ਠੀਕ ਆ। ਇਹਨੂੰ ਆਪਾਂ ਇੱਥੋਂ ਅਨਲੋਕ ਕਰ ਦਾਂਗੇ ਤਾਂ ਬੰਦ ਹੋ ਜੂਗਾ। ਅਤੇ ਇਹਨੂੰ ਆਪਾਂ ਜੇ ਹਾਰਨਾਂ 'ਤੇ ਕਰਨਾ, ਜਿਵੇਂ ਆ ਘੂੰ ਘੂੰ ਜੀ ਬੋਲਦੇ ਤਾਂ ਆਪਾਂ ਹਾਰਨਾਂ 'ਤੇ ਵੀ ਕਰ ਸਕਦੇ ਹਾਂ, ਫਿਰ ਪੀ ਪੀ ਉੱਚੀ ਉੱਚੀ ਬੋਲੂਗਾ। ਅਤੇ ਜੇ ਕੋਈ ਗੱਲ ਰਹਿ ਗਈ ਹੋਵੇ ਕਮੈਂਟ ਜ਼ਰੂਰ ਕਰਿਓ ਥੱਲੇ, ਉਹ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਕਿਹੜੀ ਚੀਜ਼, ਮਤਲਬ ਜਿਹੜੀ ਵੀ ਤੁਸੀਂ ਚੀਜ਼ ਪੁੱਛੋਗੇ ਉਹਦਾ ਆਪਾਂ ਤੁਹਾਨੂੰ ਪ੍ਰਾਈਜ਼ ਵਗੈਰਾ ਦੱਸ ਦਾਂਗੇ। ਅਤੇ ਬਾਕੀ ਪਤਾ ਆਹ ਜਿਹੜਾ ਬੰਪਰ ਆ ਨਾ, ਇਹਦੀ ਇੱਕ ਤੁਹਾਨੂੰ ਇੱਕ ਹੋਰ ਖਾਸੀਅਤ ਦੱਸਦਾ ਵੀ ਇਹਦੀ ਜਿਹੜੀ ਪਲੇਟ ਆ ਇਹ ਮੋਟੀ ਲੱਗੀ ਹੋਈ ਆ, ਹੁਣ ਮੈਨੂੰ ਪਤਾ ਨਹੀਂ ਕਿੰਨੇ ਇੰਚੀ ਆ, ਤੁਸੀਂ ਆਪ ਹੀ ਦੇਖ ਲਓ। ਆਹ ਦੇਖੋ ਇਹ ਮੋਟੀ ਕਿਉਂ ਲਾਈ ਸੀਗੀ, ਕਿਉਂਕਿ ਅਸੀਂ ਵਜਨ ਵਧਾਉਣਾ ਸੀਗਾ। ਆਹ ਇੱਥੇ ਵੀ ਇੰਨੀ ਜਿੰਨੀ ਇੱਥੇ ਲੱਗੀ ਉੰਨੀ ਇੱਥੇ ਲੱਗੀ ਹੋਈ ਆ, ਅਤੇ ਇਹਦਾ ਯਾਰ ਕੋਈ ਮਤਲਬ ਨੁਕਸਾਨ ਨਹੀਂ ਹੈਗਾ, ਕਿਉਂਕਿ ਮੇਰੇ ਹਿਸਾਬ ਨਾਲ ਕੰਪਨੀ 2 ਕੁਇੰਟਲ ਵਜਨ ਦਿੰਦੀ ਆ ਜਿਹੜਾ ਬੰਪਰ 'ਚ ਹੁੰਦਾ ਗਾ। ਮੈਂ ਕੰਪਨੀ 'ਚ ਪਤਾ ਕੀਤਾ ਸੀਗਾ, ਉਹ ਕਹਿੰਦੇ ਸੀ ਵੀ ਇਹਦੇ 'ਚ ਬਜਰੀ ਨਹੀਂ ਭਰੀ ਹੁੰਦੀ ਹੈਗੀ, ਜਿਹੜਾ ਬੰਪਰ ਹੁੰਦਾ ਗਾ ਜਿਹੜਾ ਸਕਰੈਪ ਲੋਹਾ ਹੁੰਦਾ ਨਾ ਉਹ ਭਰਿਆ ਹੁੰਦਾ ਗਾ, ਅਤੇ ਜਿਹੜਾ ਵੇਟ ਸੀਗਾ ਉਹਦੇ ਨਾਲ ਮੈਨੂੰ ਲੱਗਦਾ ਸਾਰਾ ਵਜਨ ਉਹਦਾ ਹੋਊਗਾ 1.5-2 ਕੁਇੰਟਲ ਦੇ ਹਿਸਾਬ ਨਾਲ, ਠੀਕ ਆ ਬੰਪਰ ਦਾ। ਅਤੇ ਉਹਦੇ ਹਿਸਾਬ ਨਾਲ ਹੀ ਆਪਾਂ ਇਹ ਬੰਪਰ ਬਣਾਤਾ, ਹੁਣ ਟਰੈਕਟਰ ਜ਼ਿਆਦਾ ਖੜਾ ਹੁੰਦਾ ਅੱਗੇ ਨਾਲੋਂ, ਕਿਉਂਕਿ ਇਹਦਾ ਵਜਨ ਹੈਗਾ 1.3 ਕੁਇੰਟਲ ਇਹਦਾ ਵਜਨ ਆ। ਅਤੇ ਬਾਕੀ ਜਿਹੜਾ ਫੀਚਰਾਂ ਦੀ ਗੱਲ ਕਰ ਲਈ ਸੀਗੀ ਆਪਾਂ, ਅਤੇ ਜਿਹੜਾ ਹੋਰ ਤੁਹਾਨੂੰ ਦੱਸ ਦਿੰਦਾ ਗਾ ਮੈਂ ਵੀ ਇਹਦੇ 'ਚ ਹੀਟਰ ਵੀ ਆ, ਲਾਲ ਚਾਬੀ ਵਾਲਾ ਟਰੈਕਟਰ ਜਿਹੜਾ ਵੀ ਹੋ ਗਿਆ ਜਾਉਂਡੀਅਰ ਉਹ ਹੀਟਰ ਹੁੰਦਾ ਉਹਦੇ ਟਰੈਕਟਰ 'ਚ, ਅਤੇ ਯਾਨੀ ਕਿ ਚਾਬੀ ਲਾ ਕੇ ਆਪਾਂ ਸਵਿੱਚ ਕਰ ਸਕਦੇ ਹਾਂ ਸਰਦੀਆਂ ਦੇ ਵਿੱਚ। ਅਤੇ ਉਹਦੇ ਨਾਲ ਕੀ ਹੁੰਦਾ ਗਾ ਜਿਹੜਾ ਆਪਣਾ ਟਰੈਕਟਰ ਧੂੰਆਂ ਨਹੀਂ ਦਿਖਾਉਂਦਾ ਸਟਾਰਟ ਹੋਣ ਲੱਗੇ, ਨਾਲੇ ਈਜ਼ੀਲੀ ਸਟਾਰਟ ਹੋ ਜਾਂਦਾ, ਠੀਕ ਆ।
ਤੇ ਹੀਟਰ ਲੱਗਿਆ ਕਿੱਥੇ ਹੁੰਦਾ ਉਹ ਵੀ ਮੈਂ ਤੁਹਾਨੂੰ ਪ੍ਰੀਵੀਅਸ ਵੀਡੀਓ ਦੇ ਵਿੱਚ ਦਿਖਾਇਆ ਹੀ ਸੀਗਾ। ਜਿਹਨੇ ਨਹੀਂ ਦੇਖੀ ਜਾ ਕੇ ਮੇਰੇ ਚੈਨਲ ਤੇ ਪੁਰਾਣੀਆਂ ਵੀਡੀਓਸ ਚੈੱਕ ਕਰੋ। ਅੱਜ ਤੋਂ 2-3 ਮਹੀਨੇ ਪਹਿਲਾਂ ਸਿਆਲਾਂ ਦੀ ਗੱਲ ਆ, ਉਦੋਂ ਦੱਸਿਆ ਸੀਗਾ ਮੈਂ ਹੀਟਰ ਬਾਰੇ, ਬਹੁਤ ਗੱਲ ਕੀਤੀ ਸੀਗੀ। ਤੇ ਬਾਕੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਆਪਣਾ ਸਿਸਟਮ ਆ ਜਿਹੜਾ ਸਾਰੇ ਹੀ ਆਪਾਂ ਨੂੰ ਘੱਟੋ ਘੱਟ ਬਹੁਤ ਪੈਸੇ ਲੱਗ ਗਏ, ਬਸ ਤੇ ਸਿਸਟਮ 'ਤੇ ਹੀ ਬਹੁਤ ਪੈਸੇ ਲੱਗ ਗਏ ਤੁਹਾਡੇ ਕਰਕੇ ਲਾਇਆ। ਤੁਹਾਡੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਬਾਈ ਸਬਵੂਫਰ ਲਾਓ, ਬਈ ਮਤਲਬ ਡੈੱਕ ਵੱਡਾ ਲਾਓ। ਅਤੇ ਇਹ ਤਾਂ ਯਾਰ ਖਰਚਾ ਐਂ ਨਹੀਂ ਆਇਆ ਹੈਗਾ, ਤੁਹਾਨੂੰ ਮੈਂ ਗਿਣਾਉਣਾ ਇੱਕ ਵਾਰ ਇਹਦੇ ਲਈ ਕੀ ਕੀ ਕਰਨਾ ਪਿਆ। ਯੂ ਚੇਂਜ ਕਰਾਉਣੀ ਪਈ, ਅਤੇ ਫਿਰ ਉਹਨੇ ਜਦੋਂ ਯੂ ਚੇਂਜ ਕਰਾਈ ਫਿਰ ਅਸੀਂ ਕਿਹਾ ਹੁਣ ਛਤਰੀ ਉਹ ਰੱਖ ਲੈਂਦੇ ਹਾਂਗੇ ਵੀ ਆਪਾਂ ਨਵੀਂ ਛਤਰੀ ਲਾਵਾਂਗੇ। ਅਤੇ ਛਤਰੀ ਦਾ ਖਰਚਾ ਹੋ ਗਿਆ 20,000 ਛਤਰੀ 'ਚ ਲੱਗ ਗਿਆ। 7,000-8,000 ਦੀਆਂ ਤਾਂ ਉਹ ਰੋਲਸ ਰਾਇਸ ਵਾਲੀਆਂ ਲਾਈਟਾਂ ਸੀਗੀਆਂ, ਠੀਕ ਆ, ਜਿਨ੍ਹਾਂ ਨੇ ਮੈਨੂੰ 2-3 ਦਿਨ ਖੱਜਲ ਖੁਆਰ ਕਰਾਇਆ ਫਿੱਟ ਕਰਨ 'ਤੇ। ਅਤੇ ਸਕਰੀਨ ਸੀਗੀ 4-5,000 ਦੀ, ਠੀਕ ਆ, ਅਤੇ ਜਿਹੜੀ ਦੂਜੀ ਕੈਮਰੇ ਵਾਲੀ ਸਕਰੀਨ ਆ ਉਹ ਵੀ 3-4,000 ਦੀ ਸੀਗੀ। ਇਹ ਚੀਜ਼ਾਂ ਜਿਹੜੀਆਂ ਛਤਰੀ 'ਚ ਲੱਗੀਆਂ ਨੇ ਇਹੀ ਘੱਟੋ ਘੱਟ ਜਾਂਦੀਆਂ ਨੇ 20-25,000 ਦੇ ਲਵੇ ਤੋਂ ਪੈ ਜਾਂਦੀ ਆ ਛਤਰੀ ਸਾਰੀ, ਆਹ 'ਚ ਡਾਊਨ ਸੀਲਿੰਗ ਕਰਕੇ। ਅਤੇ ਬਾਕੀ ਜੇ ਆਪਾਂ ਗੱਲ ਕਰੀਏ ਜੇ ਸਿੰਪਲ ਛਤਰੀ ਤਿਆਰ ਕਰਨੀ ਆ ਤਾਂ ਤੁਹਾਡੀ ਹੋ ਜੂਗੀ ਉਹ 12-13,000 ਦੇ ਵਿੱਚ ਵਿੱਚ ਵਿਦ ਛਤਰੀ ਲੈ ਕੇ, ਜਾਣੀ ਕਿ ਖਰੀਦ ਕੇ ਛਤਰੀ ਇਹ ਜਾਣੀ ਕਿ 8,000 ਦੀ ਮਿਲ ਜਾਂਦੀ ਹੈਗੀ ਨਿਊ ਹੋਲੈਂਡ ਵਾਲੀ, ਵਿਦ 51 ਅਤੇ ਪੱਤੀਆਂ ਨਾਲ ਹੁੰਦੀਆਂ ਨੇ, ਉਹ ਸਾਰਾ ਕੁਛ ਨਾਲ ਹੀ ਹੁੰਦਾ, ਨਟ ਨੁੱਟ ਵੀ ਨਾਲ ਹੀ ਹੁੰਦੇ ਆ। ਅਤੇ ਬਾਕੀ ਚਲੋ ਬਾਹਲੀਆਂ ਗੱਲਾਂ ਨਹੀਂ ਮਾਰਦੇ, ਓਕੇ ਇਸ ਵੀਡੀਓ ਨੂੰ ਰੀਐਂਡ ਕਰਦੇ ਹਾਂ ਅਤੇ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ, ਓਕੇ ਬਾਏ। ਸਾਹਮਣੇ ਤੁਹਾਨੂੰ ਦੁਬਾਰਾ ਤੁਮਾ ਕੀ ਹੈ।